اہرمانی رحیم السلام علیکم میں ہمارا فرض تو انو ਸਾਰਿਆਂ ਨੂੰ ਬੈਠਕ ਵਿੱਚ ਖੁਸ਼ਾਮਦੀਦ ਕਹਿਨੀ ਆ ਨਾਜ਼رین ਜੇ ਤੁਸੀਂ لاہور ਦੇ ਵਸਨੇ ਕੋ ਤੇ ਤੁਸੀਂ ਵੇਖਿਆ ਹੋਵੇਗਾ ਕਿ لاہور ਦੇ ਵਿੱਚ ترقیاتی ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਨੇ ਕਦੇ ਟ੍ਰੈਫਿਕ ਦੇ ਬਹਾਅ ਨੂੰ ਰੋਕਣ ਲਈ ਨਵੇਂ ਅੰਡਰਪਾਸ ਬਣਾਏ ਜਾਂਦੇ ਨੇ ਕਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇੱਕ ਪਬਲਿਕ ਟਰਾਂਸਪੋਰਟ ਸਟਾਰਟ ਕੀਤੀ ਜਾਂਦੀ ਏ ਤੇ ਓਵਰਆਲ ਲਾਹੌਰ ਦੇ ਵਿੱਚ ਕੋਈ ਨਾ ਕੋਈ ਡਿਵੈਲਪਮੈਂਟ ਦਾ ਕੰਮ ਹਰ ਵੇਲੇ ਚੱਲਦਾ ਰਹਿੰਦਾ ਤੇ ਇਹ ਸਾਰੇ ਕੰਮ ਕਰਨ ਦੇ ਜ਼ਿੰਮੇਦਾਰ ਨੇ ਲਾਹੌਰ ਡਿਵੈਲਪਮੈਂਟ ਅਥਾਰਟੀ ਇਹ ਸਾਰੇ ਜਿਹੜੇ ਵੀ ਡਿਫਰੈਂਟ ਪ੍ਰੋਜੈਕਟਸ ਚੱਲਦੇ ਨੇ ਇਹਦਾ ਸਾਰਾ ਸੇਰਾ ਜਿਹੜਾ ਹੈ ਉਹ ਉਹਨਾਂ ਦੇ ਸੱਟ ਜਾਂਦਾ ਤੇ ਅੱਜ ਦੀ ਬੈਠਕ ਵਿੱਚ ਅਸੀਂ ਇਸੇ ਬਾਰੇ ਵਿਚਾਰ ਸਾਂਝੇ ਕਰਾਂਗੇ ਸਾਡੇ ਨਾਲ ਐਲਡੀਏ ਤੋਂ ਕੁਝ ਗੈਸਟ ਮੌਜੂਦ ਨੇ ਤੁਹਾਡਾ ਤਾਰਿਫ ਕਰਾਵਾਂਗੇ ਆਪਣੇ ਮਹਿਮਾਨਾਂ ਨਾਲ ਸੜਨਲ ਮੌਜੂਦ ਨੇ ਉਸਮਾਨ ਨਜ਼ਰ ਸਾਹਿਬ ਆਪ ਡਾਇਰੈਕਟਰ ਇੰਜੀਨੀਅਰਿੰਗ ਐਲਡੀਏ ਸਰ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੀ ਬੈਠਕ ਲਈ ਵੇਲ ਕੱਢਿਆ ਤੇ ਉਹਨਾਂ ਦੇ ਨਾਲ ਮੌਜੂਦ ਨੇ ਜ਼ਿਸ਼ਾਨ ਉਸਮਾਨੀ ਸਾਹਿਬ ਸਰ ਤੁਹਾਡਾ ਵੀ ਬਹੁਤ ਸ਼ੁਕਰੀਆ ਤੁਸੀਂ ਸਾਡੀ ਬੈਠਕ ਲਈ ਵੇਲ ਕੱਢਿਆ ਗੱਲਬਾਤ ਦਾ ਆਗਾਸ ਸਰ ਤੁਹਾਡੇ ਕੋਲ ਕਰਾਂਗੇ ਤੁਸੀਂ ਥੋੜਾ ਜਿਹਾ ਸਾਡੀ ਆਮ عوام ਜਿਹੜੀ ਵੇਖਣ ਆਲੀ ਹੈ ਉਹਨਾਂ ਨੂੰ ਦੱਸੋ ਕਿ ਐਲਡੀਏ ਕੀ ਹੈ ਇਹ ਕਦੋਂ ਬਣਿਆ ਇਹਦਾ ਕੀ ਮਕਸਦ ਸੀ ਐਲਡੀਏ ਬੇਸਿਕਲੀ ਲਾਹੌਰ ਡਿਵੈਲਪਮੈਂਟ ਅਥਾਰਟੀ ਨੂੰ ਕਹੀਦਾ ਲਾਹੌਰ ਡਵੈਲਪਮੈਂਟ ਅਥਾਰਟੀ ਜੋ ਹੈ ਪੂਰੇ ਲਾਹੌਰ ਦੇ ਜਿਹੜੇ ਵੀ ਤਰੱਕੀਯਾਤੀ ਕੰਮ ਨੇ ਜਾਂ ਲਾਹੌਰ ਦੀ ਜਿਹੜੀ ਵੀ ਤੁਸੀਂ ਤਰੱਕੀ ਵੇਖ ਰਹੇ ਹੋ ਇਸ ਟਾਈਮ ਉਹਦੀ ਸਾਰਾ ਸਿਹਰਾ ਇਸ ਡਿਪਾਰਟਮੈਂਟ ਨੂੰ ਜਾਂਦਾ ਹੈ ਇਹ ਸਾਰ ਦਿਨ ਰਾਤ ਕੰਮ ਕਰ ਰਹੀ ਹੈ ਲਾਹੌਰ ਦੀ ਤਰੱਕੀ ਵਾਸਤੇ ਇਹ 18 1975 ਵਿੱਚ ਕਾਇਮ ਹੋਈ ਸੀ ਤੇ ਇਹਦੇ ਜ਼ਿੰਮੇ ਸੀ ਸ਼ੁਰੂ ਵਿੱਚ ਕਿ ਪੂਰਾ ਇਨਫਰਾਸਟ੍ਰਕਚਰ ਲਾਹੌਰ ਦਾ ਜਿਹੜਾ ਵੀ ਹੈ ਉਹਨੂੰ ਦੇਖਣਾ ਮੁਖਤਲਫ ਜਿਹੜੀ ਸੁਸਾਇਟੀਆਂ ਬਣਨ ਗਈਆਂ ਉਹਦੇ ਬਾਇਲॉज ਬਣਾਣਾ ਉਹਨਾਂ ਨੂੰ ਕੰਟਰੋਲ ਕਰਨਾ ਤੇ ਜਿਹੜੇ ਵੀ ਹੋਰ ਇਨਫਰਾਸਟ੍ਰਕਚਰ ਦੇ ਕੰਮ ਨੇ ਜਿਵੇਂ ਰੋਡਸ ਬਣਨੇ ਨੇ ਕੋਈ ਵਾਸਾ ਦੇ ਜਾਂ ਸੀਵਰੇਜ ਦੇ ਕੰਮ ਹੋਣੇ ਨੇ ਉਸ ਕਿੱਥੇ ਕਿੱਥੇ ਅੰਡਰਪਾਸਟ ਚਾਹੀਦਾ ਹੈ ਮਜ਼ੀਦ ਜਦੋਂ ਟ੍ਰੈਫਿਕ ਵਧੇਗੀ ਤੇ ਜਿੱਥੇ ਜਿੱਥੇ ਸਾਨੂੰ ਮਜ਼ੀਦ ਚੀਜ਼ਾਂ ਚਾਹੀਦੀਆਂ ਹੋਣਗੀਆਂ ਜੋ ਟ੍ਰੈਫਿਕ ਰਿਲੇਟਡ ਨੇ ਉਹਨੂੰ ਸਾਰਿਆਂ ਨੂੰ ਪਹਿਲੇ ਹੀ ਕੈਲਕੂਲੇਟ ਕਰਕੇ ਪਹਿਲੇ ਹੀ ਉਹਦਾ ਪੂਰਾ ਸਰਵੇ ਕਰਕੇ ਪਹਿਲੀ 10 ਦਿਨਾਂ ਕਿ ਸਾਨੂੰ ਇੱਥੇ-ਇੱਥੇ ਫਿਊਚਰ ਵਿੱਚ ਇਹ ਚੀਜ਼ਾਂ ਚਾਹੀਦੀਆਂ ਨੇ ਬੇਸਿਕਲੀ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਸਾਰਾ ਐਲਡੀਏ ਦੇ ਜ਼ਿੰਮੇ ਆਏਗਾ। ਓਵਰਆਲ ਲਾਹੌਰ ਦਾ ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੈ। ਅੱਛਾ ਜ਼ਿਸ਼ਾਨ ਸਾਬ ਤੁਸੀਂ ਥੋੜਾ ਜਿਹਾ ਦੱਸੋ ਕਿ ਤੁਹਾਡੇ ਫਿਲਹਾਲ ਰਨਿੰਗ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟਸ ਚੱਲ ਰਹੇ ਨੇ ਤੁਸੀਂ ਲਾਹੌਰ ਨੂੰ ਮਜ਼ੀਦ ਬਿਹਤਰ ਬਣਾਉਣ ਲਈ ਖੂਬਸੂਰਤ ਬਣਾਉਣ ਲਈ ਕੀ-ਕੀ ਕਰ ਰਹੇ ਹੋ? ਤੁਸੀਂ ਵੇਖਿਆ ਹੋਵੇਗਾ ਕਿ ਪਿਛਲੇ 12-13 ਸਾਲਾਂ ਚ ਲਾਹੌਰ 'ਚ ਬਹੁਤ ਜ਼ਿਆਦਾ ਕੰਮ ਹੋਇਆ ਤੁਸੀਂ ਕੰਪੇਅਰ ਕਰੋ ਤੇ ਉਹਦੇ ਵਿੱਚ ਲੀਡਿੰਗ ਕਿਰਦਾਰ ਜਿਹੜਾ ਅਦਾ ਕੀਤਾ ਉਹ ਐਲਡੀਏ ਨੇ ਕੀਤਾ ਜਿਹੜਾ ਅਸੀਂ ਮਾਸ ਟ੍ਰਾਂਸਪੋਰਟ ਦੇ ਪ੍ਰੋਜੈਕਟਸ ਤੇ ਇਲਾਵਾ ਜਿਹੜੇ ਅਸੀਂ ਕੀਤੇ ਪਹਿਲੇ ਮੈਟਰੋ ਬੱਸ ਕੀਤਾ orange line ਕੀਤਾ ਉਸ ਤੋਂ ਇਲਾਵਾ ਟ੍ਰੈਫਿਕ ਫਲੋ ਨੂੰ ਇੰਪਰੂਵ ਕਰਨ ਲਈ ਅਸੀਂ ਬਹੁਤ ਸਾਰੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਪ੍ਰੋਜੈਕਟਸ ਕੀਤੇ ਨੇ ਤੇ ਫਿਲਹਾਲ ਜਿਹੜੇ ਸਾਡੇ ਕਰੰਟ ਚੀਫ ਮਿਨਿਸਟਰ ਸਾਹਿਬ ਨੇ ਬਹੁਤ ਜ਼ਿਆਦਾ એનਰਜੈਟਿਕ ਨੇ ਸਾਨੂੰ ਪੁਸ਼ ਕਰਦੇ ਨੇ ਤੇ ਬੜੇ ਕਮ ਟਾਈਮ ਫਰੇਮ 'ਚ ਅਸੀਂ ਕਾਫੀ ਸਾਰੇ ਕੋਰੀਡੋਰ ਇਸ ਟਾਈਮ ਬਣਾਏ ਨੇ ਤੁਸੀਂ ਅਕਬਰ ਚੌਕ ਫਲਾਈਓਵਰ ਦੀ ਮਿਸਾਲ ਲੈ ਲਓ ਤੁਸੀਂ ਬੇਦੀਆ ਰੋਡ ਦੇ ਅੰਡਰ ਬੇਦੀਆ ਅੰਡਰਪਾਸ ਦੀ ਮਿਸਾਲ ਲੈ ਲਓ ਕੈਵਲਰੀ ਅੰਡਰਪਾਸ ਦੀ ਮਿਸਾਲ ਲੈ ਲਓ ਕੋੜਾ ਚੌਕ ਤੇ ਫਲਾਈਓਵਰ ਬਣਿਆ ਇਹ ਕੰਮ ਸਪੀਡ ਨਾਲ ਮੁਕੰਮਲ ਕੀਤੇ ਨੇ ਅਰਲੀਏ ਨੇ ਬੜੇ ਕਮ ਟਾਈਮ ਵਿੱਚ ਤੇ ਹੁਣ ਅਸੀਂ ਵੇਖੋ ਤੁਸੀਂ ਡਰਿੰਗ ਰੋਡ ਦਾ ਐਸਐਲ3 ਬਣ ਰਿਹਾ ਹੈ ਤੇ ਦੋ ਤਿੰਨ ਪ੍ਰੋਜੈਕਟ ਫਿਲਹਾਲ ਸਾਡੇ ਪਾਈਪਲਾਈਨ ਵਿੱਚ ਵੀ ਨੇ کریم ਬਲਾਕ ਤੇ ਇੱਕ ਅੰਡਰਪਾਸਪਰਪੋਜ਼ ਕਰ ਰਿਹਾ ਇੱਕ ਨਵਾਂ ਕੋਰੀਡੋਰ ਬਣਾਉਂਦਾ ਸਾਡਾ ਇਰਾਦਾ ਹੈ ਕਿ ਉਹ ਮੋਟਰਵੇਅ ਤੇ ਇੱਕ ਨਈ ਐਕਸੈਸ ਦੇਵੇ ਤੇ ਜਿਹੜਾ ਇਸ ਟਾਈਮ ਕੋਈ ਵੀ ਬੰਦਾਸ਼ مولانا ਸ਼ੌਕਤ ਅਲੀ ਰੋਡ ਤੋਂ ਆ ਇਹ ਕਨਾਲ ਤੋਂ ਲੈਂਦਾ ਹੈ ਤੇ ਠੋਕਰ ਤੇ ਜਾਂਦਾ ਹੈ ਉਹ ਕੋ 12 ਕਿਲੋਮੀਟਰ ਦਾ ਉਹਨੂੰ ਵਾਇਆ ਪੈਂਦਾ ਹੈ ਜੇ ਅਸੀਂ ਇਹ ਨਵਾਂ ਰੂਟ ਲੈ ਕੇ ਜਿਹੜਾ ਅਸੀਂ ਪ੍ਰੋਪੋਜ਼ ਕਰ ਰਿਹਾ ਇਹ ਤੇ ਅਸੀਂ ਜਾਈਏ ਤੇ ਉਹ 5.5 ਕਿਲੋਮੀਟਰ ਰਹਿ ਜਾਂਦਾ ਤੇ ਸਾਰੀ ਐਫਰਟ ਇਸ ਤਰ੍ਹਾਂ ਹੈ ਕਿ ਲੋਕਾਂ ਨੂੰ ਆਸਾਨੀ ਹੋਵੇ ਆਪਣੇ ਘਰ 체ਤੀ ਪਹੁੰਚਣ ਤੇ ਜਿੰਨਾ ਕੰਮ ਟ੍ਰੈਵਲ ਟਾਈਮ ਹੋਏਗਾ ਲੋਕਾਂ ਨੂੰ ਆਪਣਾ ਕੰਮ ਕਰਨੇ ਚ ਵੀ ਟਾਈਮ ਜ਼ਿਆਦਾ ਮਿਲਦਾ ਇਕਨੋਮਿਕ ਐਕਟੀਵਿਟੀ ਵੀ ਬੂਸਟ ਅਪ ਹੁੰਦੀਆਂ ਨੇ ਤੇ ਸਾਡੀ ਕਾਰਬਨ ਐਮਿਸ਼ਨਸ ਨੇ ਉਹ ਵੀ ਕੱਟ ਹੁੰਦੀਆਂ ਗੱਲ ਕਾਰਬਨ ਐਮਿਸ਼ਨਸ ਵੱਲ ਆ ਗਈ ਹੈ ਤੇ ਜ਼ੁਸ਼ਾਨ ਸਾਹਿਬ ਨੇ ਪਹਿਲੇ ਜ਼ਿਕਰ ਵੀ ਕੀਤਾ ਜਿਹੜਾ ਕਿ ਔਰੈਂਜ ਟ੍ਰੇਨ ਵਾਲਾ ਜਿਹੜਾ ਹੈ ਤੁਹਾਡਾ ਪ੍ਰੋਜੈਕਟ ਤੇ ਫਿਰ ਮੈਟਰੋ ਲਾਈਨ ਵਾਲਾ ਤੇ ਤੁਸੀਂ ਕੀ ਸਮਝਦੇ ਹੋ ਕਿ ਇਦਾਂ ਦੇ ਪ੍ਰੋਜੈਕਟਸ ਜਿਹੜੇ ਪਬਲਿਕ ਟਰਾਂਸਪੋਰਟ ਪ੍ਰੋਵਾਈਡ ਕਰਦੇ ਨੇ ਇਹ ਕਿੰਨੇ ਜ਼ਰੂਰੀ ਨੇ ਤੇ ਆਵਾਮ ਦਾ ਇਹਨਾਂ ਵੱਲ ਰੁਝਾਨ ਹੋਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਤੇ ਇਹ ਟ੍ਰੈਫਿਕ ਦੀ ਜਿਹੜਾ ਬਹਾਵ ਹੈ ਉਸ ਨੂੰ ਕੰਟਰੋਲ ਕਰਨਗੇ ਦੂਜੇ ਪਾਸੇ ਜਿਹੜਾ ਸਾਡੇ ਮਾਹੌਲ ਲਈ ਵੀ ਇਹ ਬਹੁਤ ਕਾਰਾਮਤ ਸਾਬਤ ਹੁੰਦੇ ਨੇ ਜੀ ਮੇਰਾ ਖਿਆਲ ਹੈ ਜੀ ਇਸ ਟਾਈਮ ਜੋ ਲਾਹੌਰ ਦੀ ਸਭ ਤੋਂ ਵੱਡੀ ਇੱਕ ਮਸਲਾ ਹੈ ਉਹ ਟ੍ਰੈਫਿਕ ਦਾ ਹੀ ਹੈ ਕਿਉਂਕਿ ਜਦੋਂ ਟ੍ਰੈਫਿਕ ਜ਼ਿਆਦਾ ਹੋਏਗੀ ਤੁਹਾਡੇ ਇਮਿਸ਼ਨ ਜ਼ਿਆਦਾ ਹੋਣਗੇ ਫਜ਼ਾਈ ਲੋਧ ਕੀ ਜ਼ਿਆਦਾ ਹੋਏਗੀ ਹੁਣ ਦੇਖੋ ਅਗਰ ਇੱਕ ਬੰਦਾ ਸਫਰ ਕਰ ਰਿਹਾ ਇੱਕ ਮੋਟਰਸਾਈਕਲ ਤੇ ਤੇ ਉਹਦਾ ਆਪਣਾ ਇੱਕ ਧੂਏ ਦਾ اخਰਾਜ ਹੈ ਉਹਨੂੰ ਲੈ ਕੇ ਉਹ ਚੱਲ ਰਿਹਾ ਤੇ ਅਗਰ ਉਹੀ ਫਰਜ਼ ਕਰੋ ਇੱਕ ਇੱਕ ਕਲਸਟਰ ਹੈ ਪੂਰੇ ਸੜਕ ਦਾ ਉਸ ਤੇ 60 ਬੰਦੇ ਸਫਰ ਕਰ ਰਹੇ ਨੇ ਉਹ ਕੋਈ 1 ਕਿਲੋਮੀਟਰ ਦੀ ਰੀਚ ਚ ਸਫਰ ਕਰ ਰਹੇ ਹੋਣਗੇ ਪੂਰੇ ਕਿਲੋਮੀਟਰ ਨੂੰ ਉਹ ਮਤਲਬ ਪੋਲੂਟ ਕਰ ਰਹੇ ਨੇ ਲੇਕਿਨ ਅਗਰ ਉਹੀ ਬੰਦੇ 60 ਬੰਦੇ ਇੱਕ ਬਸ 'ਚ ਬੈਠੇ ਨੇ ਤੇ ਬਸ ਜਾ ਰਹੀ ਹੈ ਇਕ ਤੋ ਕੰਪੈਕਟ ਨੇ ਦੂਸਰਾ ਸਿਰਫ ਬਸ ਦੀ ਸਿਰਫ ਮਿਸ਼ਨ ਹੋ ਰਹੀ ਹੈ ਬਜਾਇ ਇਸ ਕਿ ਸਾਰੇ ਜਿੰਨੇ 60 ਦੇ ਸੈਟ ਕੋਈ ਗੱਡੀ ਤੇ ਹੈ ਕੋਈ ਮੋਟਰਸਾਈਕਲ ਤੇ ਬੈਠਾ ਹੈ ਤੋ ਸਾਰੇ ਜਦੋਂ ਕਰਨਗੇ ਉਹਦੇ ਚ ਫਜ਼ਾਈ ਲੋਦਗੀ ਜ਼ਿਆਦਾ ਹੋਏਗੀ ਨਾ ਬਨਿਸਬਤ ਦੇ ਕਿ ਅਸੀਂ ਬਸ ਚ ਬੈ ਜਾਈਏ ਜਾਂ ਪਬਲਿਕ ਟ੍ਰਾਂਸਪੋਰਟ ਤੇ ਬੈ ਜਾਈਏ ਤੇ ਉਹਦੇ ਦੋ ਫਾਇਦੇ ਹੋਣਗੇ ਇੱਕ ਤੇ ਲੋਗਾਂ ਦਾ ਆਪਸ ਵਿੱਚ ਬੋਲਚਾਲ ਵਧੇਗਾ ਮਤਲਬ ਲੋਗ ਇੱਕ ਦੂਸਰੇ ਨੂੰ ਜਾਣਣਗੇ ਤੇ ਦੂਸਰਾ ਇਹ ਹੈ ਕਿ ਕਾਰਬਨ ਇਮਿਸ਼ਨ ਬਹੁਤ ਜ਼ਿਆਦਾ ਘਟ ਜਾਣਗੇ ਤੇ ਮੇਰਾ ਇਹ ਖਿਆਲ ਹੈ ਕਿ ਅੱਜ ਜਿੰਨੀ ਜ਼ਰੂਰਤ ਹੈ ਇਸ ਟਾਈਮ ਲਾਹੌਰ ਨੂੰ ਜਾਂ ਜਿੰਨੇ ਸਾਡੇ ਵੱਡੇ ਸਿਟੀਜ਼ ਨੇ ਉਹਨਾਂ ਨੂੰ ਪਬਲਿਕ ਟ੍ਰਾਂਸਪੋਰਟ ਦੀ ਹੈ ਉਸ ਤੋਂ ਮੇਰੇ ਖਿਆਲ ਮੈਂ ਇਹ ਹੋਣੀ ਚਾਹੀਦੀ ਨਾਲੇ ਪਾਕਟ ਫ੍ਰੈਂਡਲੀ ਵੀ ਬਿਲਕੁਲ ਤੇ ਦੂਸਰਾ ਇਹ ਹੈ ਕਿ ਹੁਣ ਦੇਖੋ ਪੰਜਾਬ ਵਿੱਚ ਐਲਡੀਏ ਨੇ ਇਸ ਵਾਸਤੇ ਬਹੁਤ ਕੰਮ ਕੀਤਾ ਸਭ ਤੋਂ ਪਹਿਲਾਂ ਮੈਟਰੋ ਬੱਸ ਸ਼ੁਰੂ ਕੀਤੀ ਉਹ ਸਭ ਤੋਂ ਪਹਿਲਾ ਪਹਿਲਾ ਪ੍ਰੋਜੈਕਟ ਸੀ ਪਹਿਲੇ ਕਿਸੇ ਨੇ ਅੱਜ ਤੱਕ ਮਤਲਬ ਮੈਟਰੋ ਬੱਸ ਦਾ ਕਦੀ ਸੁਣਿਆ ਵੀ ਨਹੀਂ ਸੀ ਤਾਂ ਉਹ ਉਹਨੂੰ ਮਾਸ਼ੱਲਾ ਇੱਕ 11 ਮਹੀਨੇ एलडीएन कंप्लीट ਕੀਤਾ ਉਸ ਤੋਂ ਬਾਅਦ ਐਲਡੀਏ ਨੂੰ ਇੱਕ ਹੋਰ ਡਾਸ ਦਿੱਤਾ ਗਿਆ ਜਿਹਦੇ ਆਰੈਂਜ ਟ੍ਰੇਨ ਬਣੀ ਹੁਣ ਤੁਸੀਂ ਦੇਖ ਰਹੇ ਹੋ 72 ਕਿਲੋਮੀਟਰ ਦਾ ਕੋਰੀਡੋਰ ਹੈ ਤੇ ਲੋਕ ਬਹੁਤ ਅੱਛੇ ਮੁਸਤਫਿਦ ਹੋ ਰਹੇ ਤੇ ਹੁਣ ਅੱਗੇ ਵੀ ਪਾਈਪਲਾਈਨ ਹੈ ਐਲਡੀਏ ਬਹੁਤ ਸਾਰੀ ਲਾਈਨਸ ਨੇ ਜਿਵੇਂ ਬਲੂ ਲਾਈਨ ਹੈ ਆਰੈਂਜ ਲਾਈਨ ਹੈ ਹੋਰ ਬਹੁਤ ਸਾਰੀ ਲਾਈਨ ਜਿਹੜੀ ਸਰਵੇਜ਼ ਮੁਕੰਮਲ ਨੇ ਹੁਣ ਅੱਗੇ ਜਿਵੇਂ ਜਿਵੇਂ ਜ਼ਰੂਰਤ ਪੈਗੀ ਉਹ ਅਸੀਂ ਅੱਗੇ ਸ਼ੁਰੂ ਕਰ ਦੇਣਾ ਜ਼ਿਸ਼ਾਨ ਸਾਹਿਬ ਗੱਲ ਕਾਰਬਨ ਮਿਸ਼ਨਸ ਵੱਲ ਵੀ ਆ ਗਈ ਟ੍ਰੈਫਿਕ ਵੱਲ ਵੀ ਆ ਗਈ ਤੇ ਅਸੀਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਤਾਂ ਆਲਰੇਡੀ ਗੱਲ ਕਰ ਰਹੇ ਆ ਤੇ ਤੁਸੀਂ ਨਹੀਂ ਸਮਝਦੇ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਡਿਵੈਲਪਮੈਂਟ ਸ਼ੁਰੂ ਕਰ ਦਿੰਦੇ ਹੋ ਇਨਫਰਾਸਟ੍ਰਕਚਰ ਖੜੇ ਕਰਦੇ ਹੋ ਤੇ ਉਹਦੇ ਨਤੀਜੇ ਵਿੱਚ ਕੋਈ ਦਰਖਤਾਂ ਨੂੰ ਨੁਕਸਾਨ ਪੈਂਦਾ ਤੇ ਤੁਸੀਂ ਜਾਣਦੇ ਹੋ ਕਿ ਲਾਹੌਰ ਜਿਹੜਾ ਉਹ ਹਰ ਸਾਲ স্মੋਕ ਦੀ ਲਪੇਟ ਵਿੱਚ ਆ ਜਾਂਦਾ ਤੇ ਤੁਸੀਂ ਕੀ ਇਸ ਬਾਰੇ ਆਖਣਾ ਚਾਹੋਗੇ ਕਿ ਆਇਆ ਕੋਈ ਤੁਹਾਡੇ ਕੋਈ ਐਸੇ ਪਲਾਂਟੇਸ਼ਨ ਡਰਾਈਵਸ ਵੀ ਹਨ ਕਿ ਤੁਸੀਂ ਦਰਖਤ ਵੀ ਲਾਉਂਦੇ ਹੋ ਜਾਂ ਸਿਰਫ ਨਾ ਦਾ ਸਫਾਇਆ ਕਰ ਕਰਕੇ ਤੇ ਬਿਲਡਿੰਗਾਂ ਖੜੀ ਕਰੀ ਜਾ ਰਹੇ ਹੱਤੋਂ ਇਮਕਾਨ ਸਾਡੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਕੋਈ ਵੀ ਦਰਖਤ ਨੂੰ ਡੈਮੇਜ ਨਾ ਕੀਤਾ ਜਾਵੇ ਤੇ ਜੇ ਤੁਸੀਂ ਸਾਡੇ ਲੇਟੈਸਟ ਜਿੰਨੇ ਵੀ ਪ੍ਰੋਜੈਕਟ ਜਿਨ੍ਹਾਂ ਦਾ ਅਗੇ ਜ਼ਿਕਰ ਕੀਤਾ ਹੈ ਅਸੀਂ ਉਹਦੇ ਵਿੱਚ ਕੋਈ ਇੱਕ ਵੀ ਦਰਖਤ ਜਿਹੜਾ ਵੇ ਉਹ ਅਸੀਂ ਨਹੀਂ ਡੇਗਿਆ ਸਾਰੇ ਦਰਖਤ ਆਪਣੀ ਜਗ੍ਹਾ ਤੇ ਮੌਜੂਦ ਨੇ ਤੇ ਆਪਣੇ ਇਨਫਰਾਸਟ੍ਰਕਚਰ ਨੂੰ ਅਸੀਂ ਇਸ ਤਰ੍ਹਾਂ ਮੈਨੇਜ ਕੀਤਾ ਕਿ ਜਿਹੜੇ ਐਗਜ਼ਿਸਟਿੰਗ ਸਾਡਾ ਹਾਰਟੀਕਲਚਰ ਹੈ ਸਾਡੇ ਟਰੀਜ਼ ਨੇ ਉਹ ਇਨ ਇਟਸੈਲਫ ਉੱਥੇ ਹੀ ਰਹਿਣ ਤੇ ਜਿੰਨਾ ਕੁਝ ਅਸੀਂ ਉਹਨਾਂ 'ਚ ਇਜ਼ਾਫਾ ਕਰ ਸਕਦੇ ਆ ਵੇਖੋ ਹਰ ਪ੍ਰੋਜੈਕਟ ਦਾ 1% ਕਾਸਟ ਹੁੰਦੀ ਹੈ ਉਹ ਅਸੀਂ ਹਾਰਟੀਕਲਚਰ ਪਰਪਸਲੀ ਯੂਜ਼ ਕਰਨੇ ਆ ਉਹ ਅਸੀਂ ਪੀਐਚ ਨੂੰ ਟਰਾਂਸਫਰ ਕਰ ਰਹੇ ਆ ਤੇ ਉਹਦੇ ਉਹ ਪੁਨਾ ਪੈਸੇ ਆ ਦੇ ਨਾਲ ਉਸੇ ਇਲਾਕੇ 'ਚ ਮਜ਼ੀਦ ਇੰਪਰੂਵਮੈਂਟ ਕਰਦੇ ਨੇ ਹਾਰਟੀਕਲਚਰ ਤੇ ਜਿਹੜਾ ਤੁਸੀਂ ਮਸਲਾ ਕਿਹਾ ਨਾ ਕਿ ਉਹ ਸਾਡੀ ਵਜ੍ਹਾ ਤੋਂ ਨਹੀਂ स्मੋਗ ਜਿਹੜਾ ਇੱਕ ট্রান্স ਬਾਉਂਡਰੀ ਇਸ਼ੂ ਹੈ ਉਹ ਨੇਪਾਲ ਇੰਡੀਆ ਮਾਲਦੀਵ ਇਹਨਾਂ ਬਾਰਡਰਾਂ ਤੋਂ ਹੁੰਦੇ ਪਾਕਿਸਤਾਨ ਚ ਆ ਰਿਹਾ ਠੀਕ ਹੈ ਤੇ ਪਿਛਲੇ ਕੋ ਲਾਸਟ 6 7 ইয়ার্স ਚ ਬੇਸਿਕਲੀ ਇਹ ਟ੍ਰੈਂਡ ਸ਼ਿਫਟ ਹੋਇਆ ਹੈ ਡਿਊ ਟੂ ਚੇਂਜ ਇਨ 에য়ার মুਵਮੈਂਟਸ ਤੇ 에য়ার ਕਰੰਟਸ ਚੇਂਜ ਹੋਇਆ ਨੇ ਜਿੱਦੀ ਵਜ੍ਹਾ ਤੋਂ ਹਵਾਵਾਂ ਦਾ ਬਹਾਅ ਇਸ ਪਾਸੇ ਨੂੰ ਆਇਆ ਤੇ ਇਸ ਇਸ਼ੂ ਨਾਲ ਸਿਰਫ ਅਸੀਂ ਨਹੀਂ ਲੜ ਰਹੇ ਜੇ ਸਿਰਫ ਸਾਡੇ ਕੰਸਟਰਕਸ਼ਨ ਯਾਈਲਡ ਵਜਾ ਤਾਂ ਹੋਇਆ ਹੁੰਦਾ ਤੇ ਪੂਰੇ ਇੰਡੀਆ ਚ ਨੇਪਾਲ ਚ ਤੇ ਪਾਕਿਸਤਾਨ ਦੇ ਬਾਕੀ ਸ਼ਹਿਰਾਂ 'ਚ ਐਲਡੀਏ ਨਹੀਂ ਕੰਮ ਕਰ ਰਿਹਾ ਠੀਕ ਹੈ ਤੇ ਅਸੀਂ ਇਹ ਸਮਝਨੇ ਆ ਕਿ ਅਸੀਂ ਤੇ ਇੰਪਰੂਵ ਕਰ ਰਹੇ ਆ ਚੀਜ਼ਾਂ ਨੂੰ ਇਨਫਰਾਸਟ੍ਰਕਚਰ ਨੂੰ ਬਿਹਤਰ ਕਰਕੇ ਇਹਨਾਂ ਨੂੰ ਅਸੀਂ ਬਿਹਤਰ ਕਰਨ ਦੀ ਪੋਜੀਸ਼ਨ ਕਰ ਰਹੇ ਆ ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਡਰਾਈਵ ਦੀ ਪਲਾਂਟੇਸ਼ਨ ਡਰਾਈਵ ਐਲਡੀਏ ਨੇ ਮੁਤਤਦ ਦਫਾ ਜੜੀਆਂ ਨੇ ਉਹ ਆਪਣੀਆਂ ਸਕੀਮਾਂ 'ਚ ਈਵਨ ਆਪਣੇ ਪ੍ਰਾਈਵੇਟ ਹਾਊਸਿੰਗ ਸਕੀਮਸ ਜਿਹੜੇ ਕਿਉਂਕਿ ਐਲਡੀਏ ਰੈਗੂਲੇਟ ਕਰਦਾ ਹੈ ਮੈਟਰੋਪੋਲੀਟਨ ਨੂੰ ਲਾਹੌਰ ਦੇ ਤੇ ਅਸੀਂ ਤਮਾਮ ਸਕੀਮਾਂ ਨੂੰ ਜਿਹਨਾਂ ਨੂੰ ਅਸੀਂ ਅਪਰੂਵ ਕਰਨੇ ਆ ਉਹਨਾਂ ਤੋਂ ਵੀ ਅਸੀਂ ਮਿਲ ਕੇ ਪੀਐਚਏ ਦੇ ਨਾਲ ਅਸੀਂ ਇੱਕ ਪਲਾਂਟੇਸ਼ਨ ਡਰਾਈਵ ਰੈਗੂਲਰ ਕੀਤੀਆਂ ਨੇ ਈਵਨ ਕੱਲ ਵੀ ਕੱਲ ਦੀ ਵੀ ਨਿਊਜ਼ ਹੈ ਕਿ ਅਸੀਂ ਮੇਵਾਕੀ ਫੋਰੈਸਟ ਲਈ ਪੀਐਚਏ ਐਲਡੀਏ ਤੇ ਇੱਕ ਪ੍ਰਾਈਵੇਟ ਸਪான்ਸਰ ਨੇ ਜਿਹੜੇ ਫ੍ਰੀ ਵਿੱਚ ਇਸ ਕਾਜ਼ੇ ਚ ਸ਼ਾਮਲ ਹੁੰਦਾ ਚਾਹੁੰਦੇ ਨੇ ਕਿ ਕੋਈ ਵੀ ਸਰਕਾਰ ਤੇ ਉਹਦਾ ਬੋਝ ਨਹੀਂ ਪਏਗਾ ਤੇ ਅਸੀਂ ਉਹਨਾਂ ਨਾਲ ਵੀ ਇੱਕ ਐਮਓਯੂ ਕੀਤਾ ਕਿ ਅਸੀਂ ਆਪਣੀ ਜਗ੍ਹਾ ਉਹਨਾਂ ਨੂੰ ਦੇਣ ਨੂੰ ਤਿਆਰ ਆ ਉਹ ਉਥੇ ਮੇਵਾਕੀ ਫੋਰੈਸਟ ਲਾਣੇ এনवायरमेंट ਨੂੰ ਇੰਪਰੂਵ ਕਰਨ ਤੇ ਐਲਡੀਏ ਜੀ ਸਾਈਡ ਬਾਈ ਸਾਈਡ ਹੈ ਉਹ ਵੀ ਜਿਸ ਤਰ੍ਹਾਂ ਐਲਡੀਏ ਖੁਦ ਸ਼ਹਿਰ ਦਾ ਪਾਰਟ ਹੈ ਤੇ ਉਹ ਨਹੀਂ ਚਾਹੇਗਾ ਕਿ ਉਹ ਆਪ ਗਲਤ ਫਿਜ਼ਾਜ ਗੰਦੀ ਫਿਦਾਇ ਜੀ ਸਾਲ ਹੋਵੇ ਉਹ ਵੀ ਚਾਹੇਗਾ ਕਿ एनवायरनमेंट बेहतर हो एनवायरनमेंट बेहतर हो जाए अच्छा सर पुराने वक्तों ਦੇ ਵਿੱਚ ਨਾ ਲਾਹੌਰ ਤੇ ਫਿਰ ਲਾਹੌਰ ਹੀ ਹੈ ਲੇਕਿਨ ਲਾਹੌਰ ਥੋੜਾ ਨਿਕਾ ਹੁੰਦਾ ਸੀ ਹੁਣ ਅਸੀਂ ਵੇਖਦੇ ਫੈਲਦਾ ਹੀ ਜਾ ਰਿਹਾ ਹੈ ਫੈਲਦਾ ਹੀ ਜਾ ਰਿਹਾ ਹੈ ਅਰ ਪਾਸੋਂ ਇਹਦੇ ਵਿੱਚ ਕੋਈ ਨਾ ਕੋਈ ਨਵੀਂ ਸੋਸਾਇਟੀ ਬਣ ਜਾਂਦੀ ਹੈ ਕੋਈ ਨਵੀਆਂ ਰੋਡਾਂ ਨਿਕਲ ਜਾਂਦੀਆਂ ਨੇ ਤੇ ਜਿਹੜਾ ਲਾਹੌਰ ਦਾ ਫੈਲਾਅ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਬਿਲਕੁਲ ਤੁਹਾਡੀ ਗੱਲ درست ਹੈ ਇਸ ਮਾਮਲੇ 'ਚ ਮੈਂ ਇਹ ਹੀ ਹੈ ਕਿ ਕਿਉਂਕਿ ਲਾਹੌਰ ਇੱਕ ਹੱਬ ਹੈ ਪੂਰੇ ਪੰਜਾਬ ਦਾ ਹਾਂ ਜ਼ਾਰੀ ਬਾਤ ਹੈ ਲੋਕ ਮੁxtਲਿਫ ਸ਼ਹਿਰਾਂ ਤੋਂ ਆਨ ਦੀ ਕੋਸ਼ਿਸ਼ ਕਰਦੇ ਨੇ ਕਿ ਮੈਂ ਲਾਹੌਰ ਹੀ ਜਾ ਕੇ ਵਸ ਜਾਵਾਂ ਜਾਂ ਉੱਥੇ ਨੌਕਰੀ ਕਰ ਲਵਾਂ ਜਾਂ ਜਿੰਨੇ ਵੀ ਮੇਰੇ ਮਾਮਲੇ ਨੇ ਇਵਨ ਇਵਨ ਜਿਵੇਂ ਸਾਡੇ ਜਿੰਨੇ ਵੀ ਹੈਲਥ ਇਸ਼ੂਜ਼ ਨੇ ਉਹ ਕਿਉਂਕਿ ਅੱਛੇ ਹਸਪਤਾਲ ਇੱਥੇ ਨੇ ਮਤਲਬ ਹਰ ਤਰਫ ਤੋਂ ਜੋ ਲੋਕ ਨੇ ਇਨਫਲਕਸ ਹੈ ਉਹ ਲਾਹੌਰ ਦੀ ਤਰਫ ਹੈ ਹਾਂ ਇਹਦੇ ਵਿੱਚ ਹੁਣ ਜਿਹੜਾ ਸਾਨੂੰ ਕਰਨਾ ਚਾਹੀਦਾ ਹੈ ਉਹ ਹੈ ਕਿ ਅਸੀਂ ਪੈਰਲਲ ਕੋਈ ਨਿਆ ਸਿਟੀ ਡਿਵੈਲਪ ਕਰੀਏ ਇਸ ਟਾਈਮ ਜਿਹੜੀ ਨੀਡ ਆਫ ਦਾ ਆਰ ਹੈ ਉਹ ਹੀ ਹੈ ਜਾਂ ਜਿਹੜੇ ਸਾਡੇ ਡਿਵੈਲਪਡ ਪੈਂਡੀਮਿਕ ਫਾਸਲਾਬਾਦ ਹੈ ਹੋਰ ਬਹੁਤ ਸਾਰੇ ਐਸੇ ਸ਼ਹਿਰ ਨੇ ਉਹਨਾਂ ਨੂੰ ਹੋਰ ਸਟਰੈਂਥਨ ਕਰੀਏ ਤਾਂ ਕਿ ਥੋੜਾ ਜਿਹਾ ਇਹ ਚੀਜ਼ ਘਟੇ ਕਿਉਂਕਿ ਇਹ ਕੋਈ ਲਾਹੌਰ ਆਪ ਨਹੀਂ ਚਾਹ ਰਿਹਾ ਕਿ ਮੈਂ ਵੱਧਾ ਜਾਵਾਂ ਇਹ ਲੋਕ ਇਸ ਦੇ ਵਿੱਚ ਕਿਉਂਕਿ ਇਤਨੇ ਜ਼ਿਆਦਾ ਇਨਫੈਕਟ ਜ਼ਿਆਦਾ ਆ ਰਿਹਾ ਕਿ ਲਾਹੌਰ ਆਟੋਮੈਟਲੀ ਵੱਧਦਾ ਜਾ ਰਿਹਾ ਹਾਂ ਐਲਡੀਓ ਦੇ ਵਾਸਤੇ ਬਹੁਤ ਕੁਝ ਕਰ ਰਿਹਾ ਹੈ ਕੋਈ ਨਵੀਂ ਸੋਸਾਇਟੀਜ਼ ਵੀ ਲੈ ਕੇ ਆ ਰਿਹਾ ਹੈ ਮੁਖਤਲਫ ਇਨਫਰਾਸਟ੍ਰਕਚਰ ਪਾਰਟਸ ਵੀ ਲੈ ਕੇ ਆ ਰਿਹਾ ਹੈ ਲੇਕਿਨ ਇਹ ਦੇ ਵਿੱਚ ਥੋੜਾ ਜਿਹਾ ਸਾਨੂੰ ਇਹ ਹੈ ਕਿ ਨਾਲ-ਨਾਲ ਪੈਰਲਲ ਸੋਚਣਾ ਪਏਗਾ ਕਿ ਅਸੀਂ ਕੋਈ ਨਵੀਂ ਕੋਈ ਡਿਫਰੈਂਟ ਜਿਹਾ ਸ਼ਹਿਰ ਹੈ ਕੋਈ ਉਹਨੂੰ ਕੋ ਮਜ਼ੀਦ ਸਟਰੈਂਥਨ ਕਰੀਏ ਜਿਹਦੇ ਨਾਲ ਦੇ ਇੱਕ ਦੋ ਸ਼ਹਿਰ ਨੇ ਇੱਕ ਪੂਰਾ ਡਿਵੀਜ਼ਨ ਹੈ ਲੋੜਵੀਨ ਹੈ ਚ ਸ਼ਹਿਖਪੁਰਾ ਹੈ ਨਾਲ ਨਨਕਾਨਾ ਸਾਹਿਬ ਹੈ ਕਸੂਰ ਹੈ ਇਹਨਾਂ ਵਿੱਚ ਕੋਈ ਐਸੀ ਐਕਟੀਵਿਟੀ ਮਜ਼ੀਦ ਇੰਪਰੂਵ ਕਰੀਏ ਤਾਂ ਕਿ ਲੋਕ ਥੋੜਾ ਡਿਸਪਰਸ ਹੋਣੇ ਜ਼ਿਸ਼ਾਨ ਸਾਹਿਬ ਆਵਾਮ ਦੇ ਵਿੱਚ ਇੱਕ ਰੁਝਾਨ ਪਾਇਆ ਜਾਂਦਾ ਮੈਂ ਆਪਣੀ ਗੱਲ ਨਹੀਂ ਕਰੀ ਆਵਾਮ ਦੇ ਰੁਝਾਨ ਦੀ ਗੱਲ ਕਰ ਰਹੀ ਹਾਂ ਕਿ ਤੁਸੀਂ ਪਹਿਲੇ ਇੱਕ ਪ੍ਰੋਜੈਕਟ ਬਣਾਉਂਦੇ ਹੋ ਫਿਰ ਉਸ ਨੂੰ ਤੋੜਦੇ ਹੋ ਫਿਰ ਦੁਬਾਰਾ ਬਣਾਉਂਦੇ ਹੋ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਅਰਬਨ ਕੰਟੈਕਸਟ ਵਿੱਚ ਰਹਿੰਦੇ ਆ ਤੇ ਇੱਥੇ ਚੀਜ਼ਾਂ ਇਵੋਲਵ ਹੁੰਦੀਆਂ ਨੇ ਸ਼ਹਿਰਾਂ ਦੀਆਂ ਇੱਕ ਸ਼ਹਿਰ ਇੱਕ ਡਾਇਨਾਮਿਕ ਸਿਸਟਮ ਦਾ ਨਾ ਹੈ ਉਸ ਡਾਇਨਾਮਿਕ ਸਿਸਟਮ ਵੇਖੋ ਜਿ세 ਤੁਸੀਂ ਆਪ ਪਿਛਲੀ ਗੱਲ ਕੀਤੀ ਸੀ ਕਿ ਸ਼ਹਿਰ ਫੈਲ ਰਿਹਾ ਜਦੋਂ ਸ਼ਹਿਰ ਫੈਲਦਾ ਹੈ ਤੇ ਉਹਦੀ ਰਿਕੁਆਇਰਮੈਂਟਸ ਵੀ ਚੇਂਜ ਹੁੰਦੀਆਂ ਨੇ ਅੱਜ ਅਸੀਂ ਸਮਝਦੇ ਆ ਕਿ ਇਥੇ ਇਸ ਤਰੀਕੇ ਨਾਲ ਅਸੀਂ ਸਿਗਨਲਾਈਜ਼ ਤਰੀਕੇ ਨਾਲ ਅਸੀਂ ਰੋਡ ਬਣਾਵਾਂਗੇ ਤੇ ਸਾਡੀ ਵਰਕ ਕਰੇਗੀ ਲੇਕਿਨ ਜਦੋਂ ਇਨਫਲਕਸ ਵੱਧਦਾ ਹੈ ਲੋਕਾਂ ਦਾ ਜਿਸ ਤਰ੍ਹਾਂ ਇੱਕ ਜਾਇਕਾ ਦੀ ਸਟਡੀ ਹੋ ਕਹਿੰਦੀ ਕਿ 3% ਸਾਡੇ ਸ਼ਹਿਰਾਂ ਵਿੱਚ ਕਾਰਾਂ ਇਨਕਰੀਜ਼ ਹੋ ਰਹੀਆਂ ਨੇ ਪਰイヤー ਸਾਡੇ ਲਾਹੌਰ ਚ ਤੇ ਜਦੋਂ ਇਨਕਰੀਜ਼ ਹੁੰਦੀਆਂ ਨੇ ਤੇ ਆਟੋਮੈਟਿਕਲੀ ਕੁਝ ਸਾਲਾਂ ਬਾਅਦ ਉਹ ਜਿਹੜੀ ਨਵੀਂ ਰਿਕੁਆਇਰਮੈਂਟ ਐਡ ਹੋਈ ਹੈ ਉਹਦੇ ਸਾਬ ਨਾਲ ਸਾਨੂੰ ਨਵੀਂ ਪਲੈਨਿੰਗ ਕਰਨੀ ਪੈਂਦੀ ਹੈ ਉਸੀ ਅਸੀਂ ਨਵੀਂ ਪਲੈਨਿੰਗ ਕਰ ਰਹੇ ਹਾਂ ਔਰ that is backed by the data we have ਤੇ ਉਸ ਡਾਟਾ ਦੀ ਬੇਸ ਤੇ ਉੱਤੇ ਅਸੀਂ ਇੱਕ ਪ੍ਰੋਪੋਜ਼ਲ ਬਣਾਨੇ ਆ ਫਿਰ ਉਹਨਾਂ ਨੂੰ ਐਗਜ਼ੀਕਿਊਟ ਕਰਨੇ ਆ ਤੇ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਲੇ ਕੋ ਚਰ੍ਹ ਦੇ ਪਹਿਲੇ ਆਇਆ ਹੋਇਆ ਸੀ ਉਹ ਪਲੈਨਿੰਗ ਵਕਤ ਦੇ ਨਾਲ ਚੇਂਜ ਹੁੰਦੀ ਹੈ ਜਿਸ ਤਰ੍ਹਾਂ ਸ਼ਹਿਰ ਐਕਸਪੈਂਡ ਕਰ ਰਿਹਾ ਉਸ ਤਰ੍ਹਾਂ ਸਾਡੀਆਂ ਰਿਕੁਆਇਰਮੈਂਟਸ ਚੇਂਜ ਹੁੰਦੀਆਂ ਨੇ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਇੱਕ ਬੰਦਾ ਹੁਣ ਸ਼ਹਿਰ ਐਕਸਪੈਂਡ ਕਰ ਗਿਆ ਦੂਰ ਚਲਾ ਗਿਆ ਤੇ ਜਿਹੜਾ ਦੂਰ ਬੰਦਾ ਹੈ ਹੁਣ ਉਹਨੂੰ ਐਕਸੈਸ ਅਸੀਂ ਦੇਣੀ ਹੈ ਹੁਣ ਐ ਨਹੀਂ ਉਹਨੂੰ ਕਰ ਸਕਦੇ ਕਿ ਉਹਨੂੰ ਵੇਲਾ ਛੱਡ ਦੇ ਕਿ ਉਹ ਸਵਾ ਘੰਟੇ ਚ ਪਹੁੰਚੇ ਅਸੀਂ ਕੋਸ਼ਿਸ਼ ਕਰਨਾ ਹੈ ਨਵੇਂ ਕੋਰੀਡੋਰਸ ਬਣਾਈਏ ਤਾਂ ਕਿ ਉਹਦੇ ਲਈ ਵੀ ਐਕਸੈਸੀਬਿਲਿਟੀ ਪੋਸੀਬਲ ਹੋ ਉਸਮਾਨ ਸਾਹਿਬ ਇਹ ਇੱਕ ਜਨਰਲ ਕਨਸੈਪਟ ਹੈ ਕਿ ਜਦੋਂ ਵੀ ਕੋਈ ਵੀ ਦਾਰਾ ਇੱਕ ਪ੍ਰੋਜੈਕਟ ਸ਼ੁਰੂ ਕਰਦਾ ਹੈ ਬੜੇ ਜੋਸ਼ ਉਤਸ਼ਾਹ ਨਾਲ ਸ਼ੁਰੂ ਹੁੰਦਾ ਹੈ ਫਿਰ ਅਗਰ ਖੁਦਾਨਾਖਾਸਤਾ ਹਕੂਮਤ ਚੇਂਜ ਹੁੰਦੀ ਹੈ ਕੋਈ ਐਸਾ ਮਸਲਾ ਹੁੰਦਾ ਹੈ ਤਾਂ ਪ੍ਰੋਜੈਕਟ ਜਿਹੜਾ ਉਹ ਉੱਥੇ ਹੀ ਰੁਕ ਜਾਂਦਾ ਹੈ ਤੇ ਐਲਡੀਏ ਦਾ ਵਰਕਿੰਗ ਦਾ ਮੈਕੈਨਿਜ਼ਮ ਕੀ ਹੈ ਕਿ ਅਗਰ ਹਕੂਮਤ ਚੇਂਜ ਹੁੰਦੀ ਹੈ ਜਾਂ ਫਿਰ ਕੋਈ ਨਵੇਂ ਹੈਡਸ ਆਂਦੇ ਨੇ ਤਾਂ ਉਹਦੀ ਸੂਰਤ ਵਿੱਚ ਪਿਛਲਾ ਪ੍ਰੋਜੈਕਟ ਚੱਲਦਾ ਰਹਿੰਦਾ ਹੈ ਜਾਂ ਉਹਦੇ ਵਿੱਚ ਕੋਈ ਰੁਕਾਵਟਾਂ ਆਂਦੀਆਂ ਨੇ ਜਿਹੜਾ ਐਲਡੀ ਹੈ ਉਹ ਬੇਸਿਕਲੀ ਇੱਕ ਬਾਡੀ ਹੈ ਇਹ ਜਿਹੜੀ ਬੋਡੀ ਹੈ ਉਹ ਬੇਸਿਕਲੀ ਉਹ ਨੂੰ ਹੈਡ ਕਰਦੇ ਨੇ ਚੀਫ ਮਿਨਿਸਟਰ ਉਹ ਤੁਹਾਡੀ ਗੱਲ ਠੀਕ ਹੈ ਲੇਕਿਨ ਇੱਕ ਦਫਾ ਜਿਹੜੀ ਅਪਰੂਵਲ ਹੋ ਜਾਂਦੀ ਹੈ ਕਿਸੇ ਚੀਜ਼ ਉਹ ਫਿਰ ਰੁਕਦੀ ਨਹੀਂ ਠੀਕ ਹੈ ਉਹਦੇ ਵਾਸਤੇ ਜਿੰਨਾ ਫੰਡ ਮੁਖਤਸ ਕੀਤਾ ਜਾਂਦਾ ਇੱਕ ਸਾਲ 'ਚ ਉਹ ਫਿਰ ਅਗਲੇ ਸਾਲ 'ਚ ਫਿਰ ਜਿੰਨਾ ਮਜ਼ੀਦ ਚਾਹੀਦਾ ਹੁੰਦਾ ਉਹ ਟਰਾਂਸਫਰ ਹੁੰਦਾ ਤੁਸੀਂ ਕੋਈ ਵੀ ਪ੍ਰੋਜੈਕਟ ਐਲਡੀਆ ਦਾ ਵੇਖ ਲਓ ਹਾਂ ਠੀਕ ਹੈ ਕੋਈ ਫੰਡਾਂ ਦੀ ਕੋਈ ਕਮੀ ਹੋ ਸਕਦੀ ਹੈ ਕੋਈ ਮਤਲਬ सारी गहल फाइनैशियल कंडीशन है बाजक पॉइंट्स के पैसे पैसे जल्दी आते नहीं आते लेकिन यह कदी नहीं होल डी ए ने कोई प्रॉएट्स शुरू किया हो बिल्कुल ही खत्म हो गया होनलैस के वो कोई फिजिबिली का इशू ना हो यानी वो शुरू ही खत्म हो जाए लेकिन जरा चीज़ प्रोजेक्ट ਚੱਲਦਾ ਸਾੜਾ ਜਾਂ ਅਸੀਂ ਉਹਨੂੰ ਬਣਾਉਣਾ ਸ਼ੁਰੂ ਕਰਨੇ ਉਹ ਫਿਰ ਪਾਇਆ ਤਕਮੀਲ ਤੱਕ ਅਲਹਮਦੁਲਿਲਾ ਅਸੀਂ ਪਹੁੰਚਾਨੇ ਕਿਉਂਕਿ ਉਹਦੇ ਪਿੱਛੇ ਪੂਰਾ ਇੱਕ ਸਰਵੇ ਹੈ ਸਾਰੇ ਮੁਖਤਲਫ ਕੰਸਲਟੈਂਟ ਨੇ ਉਹ ਸਾਨੂੰ ਉਹਦਾ ਪੂਰਾ ਇੱਕ ਸਰਵੇ ਜਾਂ ਉਹਦਾ ਜਿਹੜਾ ਵੀ ਸਾਡਾ ਪ੍ਰੀ ਰੈਕੁਇਜ਼ਿਟਸ ਹੁੰਦੇ ਨੇ ਉਹ ਪੂਰੇ ਕਰ ਦਿੰਨੇ ਤਾਂ ਹੀ ਅਸੀਂ ਉਹਨੂੰ ਮੁਕੰਮਲ ਕਰਦੇ ਹਾਂ ਜ਼ਿਸ਼ਾਨ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਲਾਹੌਰ ਨੂੰ ਮਜ਼ੀਦ ਖੂਬਸੂਰਤ ਬਣਾਉਣ ਲਈ ਜਾਂ ਉਸ ਨੂੰ ਮਜ਼ੀਦ ਬਿਹਤਰ ਕਰਨ ਲਈ ਉਹਦੇ ਇਨਫਰਾਸਟ੍ਰਕਚਰ ਨੂੰ ਕੀ ਹੋਰ ਪ੍ਰੋਜੈਕਟਸ ਐਲਡੀਏ ਨੂੰ ਕਰਨੇ ਚਾਹੀਦੇ ਨੇ ਜਾਂ ਕਿਹੜੀਆਂ ਐਸੀਆਂ ਤਾਂ ਵਾਂ ਨੇ ਜਿੱਥੇ ਜ਼ਰੂਰਤ ਹੈ ਕਿ ਕੋਈ ਨਵੀਂ ਚੀਜ਼ ਇਨੀਸ਼ੀਏਟ ਕੀਤੀ ਜਾਵੇ। ਅਹ ਵੇਖੋ ਦੋ ਪ੍ਰੋਜੈਕਟਸ ਦਾ ਜਿਵੇਂ ਉਸਮਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਸਾਨੂੰ ਹੁਣ ਪਬਲਿਕ ਟ੍ਰਾਂਸਪੋਰਟ ਓਰੀਐਂਟਡ ਡਿਵੈਲਪਮੈਂਟ ਦੀ ਤਰਫ ਅਸੀਂ ਜਾਣਾ ਚਾਹੀਦਾ ਹੈ। ਤੇ ਟ੍ਰਾਂਜ਼ਿਟ ਓਰੀਐਂਟ ਓਰੀਐਂਟਡ ਡਿਵੈਲਪਮੈਂਟ ਨੂੰ ਕਹਿੰਦੇ ਨੇ ਟੈਕਨੀਕਲ ਵਰਡਸ ਤੇ ਉਹਦੇ ਲਈ ਅਸੀਂ ਬਲੂ ਲਾਈਨ ਤੇ ਪਰਪਲ ਲਾਈਨ ਤੇ ਆਲਰੇਡੀ ਫੀਜ਼ਿਬਿਲਿਟੀ ਮੁਕੰਮਲ ਕੀਤੀ ਜਿਹੜੀ ਸਾਡੀ ਮੈਟਰੋ ਬੱਸ ਸੀ ਉਹ ਬੇਸਿਕਲੀ ਇੱਕ ਸਟੱਡੀ ਹੈ ਜਾਇਕਾ ਦੀ ਤੇ ਉਹਦੇ ਚ ਉਸ ਤੋਂ ਬਾਅਦ ਉਹਨੂੰ ਅਪਡੇਟ ਕੀਤਾ ਗਿਆ ਐਮਵੀਏ ਏਸ਼ੀਆ ਤੇ ਸਿਸਟਰ ਕੰਪਨੀਆਂ ਸੰ 2006 ਚ ਕਿ ਐ ਚਾਰ ਕੋਰੀਡੋਰਸ ਨੇ ਜਿੱਥੇ ਪਬਲਿਕ ਟ੍ਰਾਂਸਪੋਰਟ ਦੇ ਨੈਟਵਰਕਸ ਹੋਣੇ ਚਾਹੀਦੇ ਨੇ ਉਦੋਂ ਚੋਂ ਪਹਿਲਾ ਪ੍ਰਾਇੋਰਟੀ ਕੋਰੀਡੋਰ ਸੀ ਗ੍ਰੀਨ ਲਾਈਨ ਜਿਹੜਾ ਫਿਰੋਜ਼ਪੁਰ ਰੋਡ ਤੋਂ ਅਸੀਂ ਲੈ ਕੇ ਚੱਲੇ ਤੇ ਅੱਗੇ ਸ਼ਦਰੇ ਤੱਕ ਗਏ ਜਿੱਤੇ ਅਸੀਂ ਮੈਟਰੋ ਬੱਸ ਬਣਾਈ ਉਸ ਤੋਂ ਬਾਅਦ ਸਾਡਾ orange line ਟ੍ਰੇਨ ਦਾ ਜਿਹੜਾ ਰੂਟ ਹੈ ਉਹਨੂੰ orange line ਕਹਿੰਦਾ ਉਹ ਸਾਡਾ ਸੈਕੰਡ ਪ੍ਰਾਇੋਰਟੀ ਕੋਰੀਡੋਰ ਸੀ ਜਿਹੜਾ GT ਰੋਡ ਤੋਂ ਲੈ ਕੇ ਅਸੀਂ ਰਾਇਵਰਡ ਰੋਡ ਤੱਕ ਗਏ ਆ ਤੇ ਤੀਸਰਾ ਸਾਡਾ ਹੈ ਪਰਪਲ ਲਾਈਨ ਉਹ 에어ਪੋਰਟ ਤੋਂ ਅਸੀਂ ਉਹਦਾ ਰੂਟ ਲੈਣਾ ਤੇ ਉਹਨੇ ਜਾਣਾ ਹੈ ਦਾਤਾ ਦਰਬਾਰ ਤੱਕ ਤੇ ਚੌਥਾ ਸਾਡਾ ਬਲੂ ਲਾਈਨ ਨੇ ਉਹ ਮਾਲ ਰੋਡ ਤੋਂ ਲੈ ਕੇ ਤੇ ਕਾਲਜ ਰੋਡ ਤੱਕ ਜਾਣਾ ਅੱਛਾ ਇਹ ਪਰਪਲ ਤੇ ਜਿਹੜੇ ਬਲੂ ਨੇ ਇਹ ਟ੍ਰੇਨਾਂ ਨੇ ਜਾਂ ਬੱਸਾਂ ਨੇ ਇਹ ਟ੍ਰੇਨਸ ਦੇ ਹੈ ਨੇ ਕਾਰਰੀਡੋਰਸ ਲੇਕਿਨ ਤੁਸੀਂ ਅਸੀਂ ਉਹਨੂੰ ਬੱਸ ਦੇ ਤੌਰ ਤੇ ਵੀ ਆਪਰੇਟ ਕਰ ਸਕਦੇ ਆ ਅਸੀਂ ਵੇਖਨੇ ਆ ਕਿ ਇੱਥੇ ਫਾਈਨੈਂਸ਼ੀਅਲ ਜੇ ਰੈਸਟ੍ਰਿਕਸ਼ਨਸ ਆ ਜਾਵੇ ਲੇਕਿਨ ਜਿਹੜੀ ਸਾਡੀ ਫੀਜ਼ਿਬਿਲਟੀ ਕਹਿੰਦੀ ਹੈ ਕਿ ਉੱਥੇ ਟ੍ਰੇਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਡਾ ਇੱਕ ਐਲੀਵੇਟਡ ਐਕਸਪ੍ਰੈਸ ਵੇ ਦਾ ਪ੍ਰੋਜੈਕਟ ਹੈ ਜਿਹੜਾ ਅਸੀਂ ਮੋਟਰਵੇ ਤੋਂ ਇੱਕ ਨਵਾਂ ਕੋਰੀਡੋਰ ਦੇ ਰਹੇ ਹਾਂ ਗੁਲਬਗ ਤੋਂ ਕਰ ਇਹ ਜਿਹੜਾ ਗੁਲਬਗ ਦੀ ਸਾਡੀ ਪੁਰਾਣੀ ਡਰੇਨ ਹੈ ਅਸੀਂ ਇਸ ਅਲੋਂਗ ਦਾ ਡਰੇਨ ਅਸੀਂ ਇੱਕ ਕੈਲੀਵੇਟਡ ਕੋਰੀਡੋਰ ਦੇ ਰਹੇ ਹਾਂ ਤਕਰੀਬਨ 11.5 ਕਿਲੋਮੀਟਰ ਦਾ ਅਸੀਂ ਪ੍ਰੋਪੋਜ਼ ਕੀਤਾ ਤੇ ਲਾਹੌਰ ਦਾ ਜਿਹੜਾ ਮਾਸਟਰ ਪਲਾਨ ਹੈ ਉਹਦੇ ਵਿੱਚ ਵੀ ਉਹ ਸ਼ਾਮਲ ਹੈ ਤੇ ਉਹਦੇ ਵਿੱਚ ਵੀ ਅਸੀਂ ਐਕਸਪੈਕਟ ਕਰਨੇ ਆ ਕਿ ਜਿਹੜੀ ਵੀ ਨੈਕਸਟ ਗਵਰਨਮੈਂਟ ਆਏਗੀ ਉਹ ਤੇ ਇਨਵੈਸਟ ਕਰੇਗੀ ਕਿਉਂਕਿ ਇੱਕ ਨਵਾਂ ਕੋਰੀਡੋਰ ਜਿਹੜਾ ਇਕਨੋਮਿਕ ਅ ਅਪਲਿਫਟਿੰਗ ਵੀ ਦਿੰਦਾ ਹੈ ਤੇ एनवायरमेंटल बेनिफिट्स ਵੀ ਮੌਜੂਦ ਨੇ ਕਿ ਜਿਹੜਾ 28 ਕਿਲੋਮੀਟਰ ਦਾ ਸਫ਼ਰ ਹੈ ਉਹ ਸਿਰਫ 11 ਕਿਲੋਮੀਟਰ ਵਿੱਚ ਹੋ ਜਾਂਦਾ ਅੱਛਾ ਇਹ ਇਹਨਾਂ ਤੋਂ ਇਲਾਵਾ ਵੀ ਤੁਸੀਂ ਕੁਝ ਅਰਜ਼ ਕਰ ਰਹੇ ਸੀ ਇਹ ਤੇ ਤੁਸੀਂ ਟ੍ਰੈਫਿਕ ਓਰੀਐਂਟਡ ਗੱਲਾਂ ਕੀਤੀਆਂ ਨੇ ਉਸ ਤੋਂ ਇਲਾਵਾ ਤੁਹਾਡੇ ਕੀ ਪ੍ਰੋਜੈਕਟਸ ਨੇ ਲਾਈਕ ਅਦਰ ਦੈਨ ਇਹ ਜਿਹੜਾ ਰੋਡਸ ਦੀ ਕੰਸਟਰਕਸ਼ਨ ਹੈ ਜਾਂ ਜਿਹੜੇ ਅੰਡਰਪਾਸ ਨੇ ਜੀ ਬੇਸਿਕਲੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਪਹਿਲਾਂ ਅਸੀਂ ਪ੍ਰਾਇੋਰਟਾਈਜ਼ ਕਰਨੇ ਆ ਫਿਰ ਅਸੀਂ ਪੈਡਸਟ੍ਰੀਅਨਾਈਜ਼ੇਸ਼ਨ ਨੂੰ ਫੋਕਸ ਕਰ ਰਹੇ ਆ ਸਾਈਕਲਿੰਗ ਨੂੰ ਅਸੀਂ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰਨੇ ਆ ਕਿ ਸੰਡੇ ਨੂੰ ਅਸੀਂ ਮਾਲ ਰੋਡ ਤੇ ਮੇਨ ਬੁਲੇਵਾਰਡ ਨੂੰ ਅਸੀਂ ਕੋਸ਼ਿਸ਼ ਕਰੀਏ ਕਿ ਡਿਕਲੇਅਰ ਕੀ ਕਰੀਏ ਰ ਕਾਰ ਫਰੀ ਡਿਕਲੇਅਰ ਕਰੀਏ ਤੇ ਲੋਕਾਂ ਨੂੰ ਪ੍ਰਮੋਟ ਕਰੀਏ ਸਾਈਕਲ ਤੇ ਟਰੈਵਲ ਕਰਨ ਸਾਈਕਲਿੰਗ ਨੂੰ ਪ੍ਰਮੋਟ ਕਰ ਰਹੇ ਇਸੇ ਤਰ੍ਹਾਂ ਸੀ ای ਵੀ ਬੱਸਸ ਨੇ ਇਲੈਕਟ੍ਰਿਕ ਬੱਸਸ ਨੇ ਗਵਰਨਮੈਂਟ ਆਫ ਟ੍ਰਾਂਸਪੋਰਟ ਡਿਪਾਰਟਮੈਂਟ ਜਿਹੜਾ ਉਹਦੇ ਤੇ ਪ੍ਰੋਜੈਕਟ ਲੈ ਕੇ ਆ ਰਹੇ ਆ ਫਿਰ ਇਸੇ ਤਰ੍ਹਾਂ ਨਿਊਏਬਲਸ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਟਰੀਟ ਲਾਈਟਸ ਨੂੰ ਅਸੀਂ ਸੋਲਰਸ ਤੇ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਲੈਕਟ੍ਰਿਕ ਮੋਟਰਸਾਈਕਲ ਵੀ ਲਾਂਚ ਹੋ ਰਹੇ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ એનર્ਜੀ ਕੰਜ਼ਮਪਸ਼ਨਸ ਘੱਟ ਤੋਂ ਘੱਟ ਕਰੀਏ ਠੀਕ ਹੈ ਲੋਕਾਂ ਨੂੰ ਓਨ ਐਕਟੀਵਿਟੀਆਂ ਤੇ ਫੋਕਸ ਕਰਾਈਏ ਸਪੋਰਟਸ ਕੰਪਲੈਕਸਸ ਅਸੀਂ ਬਣਾ ਰਿਹਾ 11 ਸਪੋਰਟਸ ਕੰਪਲੈਕਸਸ ਅਸੀਂ ਲਾਹੌਰ 'ਚ ਬਣਾ ਰਿਹਾ ਇਹ ਸਰ ਇਹਨਾਂ ਨੇ ਜ਼ਿਕਰ ਕੀਤਾ ਸਪੋਰਟਸ ਕੰਪਲੈਕਸਸ ਦਾ ਤੇ ਇਹ ਇੱਕ ਰੀਕ੍ਰੀਏਸ਼ਨਲ ਐਕਟੀਵਿਟੀਆਂ ਵਲ ਤੁਹਾਡਾ ਜਿਹੜਾ ਰੁਝਾਨ ਇੱਕ ਬਹੁਤ ਹੀ ਖੁਸ਼ਹਾਲ ਗੱਲ ਹੈ ਤੇ ਥੋੜਾ ਜਿਹਾ ਦੱਸੋ ਕਿ ਇਹ ਜਿਵੇਂ 11 ਸਪੋਰਟਸ ਕੰਪਲੈਕਸ ਨੇ ਤੇ ਇਹ ਕਿੱਥੇ ਕਿੱਥੇ ਬਣਨੇ ਨੇ ਤੇ ਇਹਦੇ ਵਿੱਚ ਕਿਹੜੀ ਕਿਹੜੀ ਸਹੂਲਿਆਤ ਮੌਜੂਦ ਹੋਣਗੀਆਂ एलडीए स्पोर्ट्स कॉम्प्लेक्स शुरू ਕੀਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਜੋ ਟਾਊਨ ਹੈ ਚੜਲੀ ਦੀ ਬਿਲਡਿੰਗ ਦੇ ਨਾਲ ਸਭ ਤੋਂ ਪਹਿਲੇ ਐਕਸਪੈਰੀਮੈਂਟਲ ਐਲਡੀਏ ਨੇ ਸ਼ੁਰੂ ਕੀਤਾ ਕਿ ਇਹਨੂੰ ਬਣਾ ਕੇ ਦੇਖੀਏ ਲੋਕਾਂ ਦਾ ਕੀ ਰੁਝਾਨ ਹੈ ਲੋਕਾਂ ਨੂੰ ਇੱਕ اچھی ਰੀਕ੍ਰੀਸ਼ਨਲ ਫੈਸਿਲਿਟੀ ਦੇਣੀ ਚਾਹੀਦੀ ਤਾਂ ਉਸ ਤੋਂ ਜਦੋਂ ਐਲਡੀਏ ਨੇ ਬਹੁਤ ਅੱਛੀ ਇੱਕ ਸਟੇਟ ਆਫ ਦਾ ਆਰਟ ਫੈਸਿਲਿਟੀ ਉੱਥੇ ਦਿੱਤੀ ਤੇ ਲੋਕਾਂ ਦਾ ਬਹੁਤ ਅੱਛਾ ਉੱਥੇ ਸਾਨੂੰ ਫੀਡਬੈਕ ਮਿਲਿਆ ਲੋਕਾਂ ਨੇ ਬਹੁਤ ਜ਼ਿਆਦਾ ਉੱਥੇ ਇੰਟਰਸਟ ਦਿਖਾਇਆ ਉਸ ਤੋਂ ਬਾਅਦ ਇਸ ਨੂੰ ਅਸੀਂ ਮਜ਼ੀਦ ਫਿਰ ਇਨਾਸ ਕਰਨ ਦੀ ਕੋਸ਼ਿਸ਼ ਕੀਤੀ ਕਿ ਮختلف ਜਿਹੜੇ ਪਛਮਾਨਦਾ ਈਵਨ ਇਲਾਕੇ ਨੇ ਉੱਥੇ ਵੀ ਅੱਛੇ ਸਪੋਰਟਸ ਕੰਪਲੈਕਸ ਬਣਾਏ ਜਾਣ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਜਿਵੇਂ ਜਿਵੇਂ ਸਾਡੀ ਆਬਾਦੀ ਵਧ ਰਹੀ ਹੈ ਸਾਡੇ ਕੋਲ ਜਗ੍ਹਾ ਹੁਣ ਖੇਡਣ ਦੀ ਜਾਂ ਕੋਈ ਰਿਕ੍ਰੀਏਸ਼ਨ ਫੈਸਿਲਿਟੀ ਦੀ ਕਾਹੋਂ ਨਹੀਂ ਜਾ ਰਹੀ ਤੇ ਉਸ ਤੇ ਫਿਰ ਇਹਨੂੰ ਇੱਕ ਪ੍ਰੋਪਰ ਸਰਵੇ ਕੀਤਾ ਗਿਆ ਫਿਰ ਉਹਦੇ ਵਿੱਚ 11 ਮੁਖਤਲਫ ਪੁਆਇੰਟਸ ਤੇ ਆਇਡੈਂਟੀਫਾਈ ਹੋਈਆਂ ਜਗ੍ਹਾ ਜਿੱਥੇ ਫਿਰ ਐਲ ਡੀ ਐਮ ਐਬ ਪ੍ਰੋਜੈਕਟ ਸ਼ੁਰੂ ਕੀਤਾ ਤੇ वो चलहदुल्ला हूँ मेरे ख्यालों को अद्धे तो ज़्यादा कुछ छः तो ज़्यादा जोड़े स्पोर्ट्स कॉम्पलैक्स ने वो मुकम्मल ने बाकी भी बस मुकम्मल होने के करीब ने इन्हें काबिले जिक्र एक गुगुरु गुरु मांगन रोड है मीनारे पाकिस्तान के सामने सबजाजार है उसके बाद ई एम ई सुसायटी के नाल एक बड़ा अच्छा कॉम्पलैक्स है साड़ा एल डी सिटी एल डी ए एक बहुत व्डी स्कीम है वो एक बहुत अच्छी एल डी ए बना रहा है स्पोर्ट्स कॉम्पलैक्स तो ये ऐसे प्रोजेक्ट्स ने जो कि ਉਹ ਜਿਹੜੀ ਆਮ ਆਵਾਮ ਹੈ ਨਾ ਉਹ ਨੂੰ ਬਹੁਤ ਜ਼ਿਆਦਾ ਫੈਸਿਲਿਟੇਟ ਹੋਏਗੀ ਇਹਦੇ ਸਟੇਟ ਆਫ ਦਾ ਆਰਟ ਫੈਸਿਲਿਟੀਆਂ ਨੇ ਜਿਵੇਂ ਤੁਸੀਂ সুইমিং ਪੂਲਸ ਨੇ ਬੋਥ ਫੀਮੇਲ ਐਂਡ ਮੇਲ ਜੀ ਪਬਲਿਕ ਲਈ ਨੇ ਜੀ ਪਬਲਿਕ ਲਈ ਨੇ ਹਾਂ ਇਹਦੇ ਚ ਜ਼ਰੀਬਾਦ ਇੱਕ ਫੀਸ ਹੈ ਉਹ ਜੋ ਦੇਗਾ ਉਹ ਜ਼ਰੀਬਾਦ ਤੇ ਇੱਕ ਇੱਕ ਉਹਦੀ ਇੱਕ ਰਨਿੰਗ ਫੀਸ ਹੈ ਉਹ ਲੋਗਨ ਮੁਨਾਸਿਬ ਜੀ ਅਦਾ ਕਰਨੀ ਪੈਗੀ ਲੇਕਿਨ ਇਸ ਤਰ੍ਹਾਂ ਦਾ ਪਬਲਿਕ ਸੈਕਟਰ ਦਾ ਪ੍ਰੋਜੈਕਟ ਬਹੁਤ ਕਮ ਨੇ ਪ੍ਰਾਈਵੇਟਲੀ ਤੇ ਲੋਕ ਕਰਦੇ ਨੇ ਮੁਖਤ ਸੋਸਾਇਟੀਆਂਸ ਕਰਦੀ ਨੇ ਲੇਕਿਨ ਜਿਹੜਾ ਐਲ ਡੀਏ ਕਿਉਂਕਿ ਇੱਕ ਪਬਲਿਕ थे, पब्लिक पूरी कोई भी आके अपनी जो भी करके कर तो जिम फैसिलिटीज ने, ने स्कॉश कोर्ट्स ने nice. लॉन्स ने तो बैडमिंटन कोर्ट्स ने वॉलीबॉल है ईवन जो टेबल टैनिस ने स्नूकर इस तरह के जितने भी इनडोर दोनों जो नोन एक स्पोर्ट्स होंगे जो सारे लोग खेड उत्तर बड़े अच्छे तरीके नाल, बड़े एक अच्छे तुसी खेल तुसी जिम बड़े अच्छे इक्विपमेंट यूज़ कर सकते हो जो तुम्हें तो आम कितने भी आम किसी में नहीं मिलेंगे तो इस तरह की चीज़ा एल डी लैके आ रहा है इस तलावा मैं थोड़ा जि एक चीज़ होर ऐड करना चाहगा निशान साहब जिमें कह रहे थे कि मुख्यलिफ़ प्रोजेक्ट्स असं कर रहे बड़े काबिले जिक्र चीज़ है कि एल डी ए पार्किंग वास्ते भी बहुत कुछ करना चाह रही है एल डी ए ने दो तीन पार्किंग प्लाजा बनाए हैं ਜੋ ਕਿ ਐਲ ਡੀਏ ਜੋ ਹੈ ਸਨਾਨ ਲਲ ਚਲਾ ਰਹੀ ਹੈ ਕਿਉਂਕਿ ਜਿੱਥੇ-ਜਿੱਥੇ ਬڑے ਜਿਹੜੇ ਮੇਨ ਫਾਈਨੈਂਸ਼ੀਅਲ ਪੁਆਇੰਟਸ ਨੇ ਜਾਂ ਜੋ ਕਮਰਸ਼ੀਅਲ ਪੁਆਇੰਟਸ ਨੇ ਉੱਥੇ ਪਾਰਕਿੰਗ ਪਲਾਜ਼ਾ ਵੀ ਦਿੱਤੇ ਜਾ ਰਹੇ ਨੇ ਤੇ ਇਹ ਸਾਰਾ ਕੁਝ ਜਿਹੜਾ ਹੈ ਸਿਰਫ ਪਬਲਿਕ ਵਾਸਤੇ ਐਲ ਡੀਏ ਗਾਇਬਗਾਇ ਕਰਤਾ ਰਹਿੰਦਾ ਜ਼ੀਸ਼ਾਨ ਸਾਬ ਐਨਏ ਢੇਰ ਸਾਰੇ ਪ੍ਰੋਜੈਕਟਸ ਐਲ ਡੀਏ ਕਰ ਰਿਹਾ ਹੈ ਮਤਲਬ ਸੁਣ ਕੇ ਮੈਨੂੰ ਇਦਾਂ ਲੱਗ ਰਿਹਾ ਹੈ ਕਿ ਸਾਰੀਆਂ ਕੋਈ ਨਵੀਆਂ ਗੱਲਾਂ ਨਹੀਂ ਤੇ ਮੈਂ ਇਹਨਾਂ ਦਾ ਪਹਿਲੇ ਪਤਾ ਹੀ ਨਹੀਂ ਸੀ ਅ ਤੇ ਤੁਸੀਂ ਕੀ ਸਮਝਦੇ ਹੋ ਕਿ ਐਲਡੀਏ ਨੂੰ ਕੋਈ ਮਾਸ ਅਵੇਅਰਨੈਸ ਦੀ ਕੈਂਪੇਨ ਸਟਾਰਟ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿ ਕਿਹੜੀ ਕਿਹੜੇ ਪ੍ਰੋਜੈਕਟਸ ਤੇ ਕੰਮ ਕਰ ਰਹੇ ਹੋ ਯਾ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਪਬਲਿਕ ਟਰਾਂਸਪੋਰਟ ਨੂੰ ਜਿਹੜਾ ਹੈ ਉਹ ਵਧਾਵਾ ਦਿੰਦੇ ਹੋ ਤੇ ਆਮ ਲੋਕਾਂ ਨੂੰ ਵੀ ਉਸ ਬਾਰੇ ਅਗਰ ਪਤਾ ਲੱਗਣਾ ਚਾਹੀਏ ਤਾਂ ਤੁਸੀਂ ਕੀ ਸਮਝਦੇ ਹੋ ਕੀ ਕੀਤਾ ਜਾ ਸਕਦਾ ਹੈ ਗੱਲ ਤੁਹਾਡੀ ਠੀਕ ਹੈ ਲੇਕਿਨ ਅੱਜਕੱਲ ਜਿਹੜਾ ਸਭ ਤੋਂ ਪਾਵਰਫੁਲ ਮੀਡੀਆ दैट इज ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤਾਂ ਐਲਡੀਏ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਆਪਣੇ ਸਾਰੇ ਚੀਜ਼ਾਂ ਨੂੰ ਜਿਹੜੀ ਆਵਾਮ ਰਹਾਂ ਉਹਨਾਂ ਨੂੰ ਅਸੀਂ ਪ੍ਰੋਮੋਟ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਇੰਟਰੈਕਟ ਕਰੀਏ ਲੋਕਾਂ ਨੂੰ ਉਹਨਾਂ ਉਹਨਾਂ ਕੋ ਜਿਹੜੀ ਫੀਡਬੈਕ ਆਂਦੀ ਹੈ ਅਸੀਂ ਈਵਨ ਉਹਨਾਂ ਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਪੋਜ਼ਿਟਿਵ ਫੀਡਬੈਕ ਨੂੰ ਇੰਪਲੀਮੈਂਟ ਵੀ ਕਰੀਏ ਤੇ ਜਿਹੜੀਆਂ ਤੁਸੀਂ ਗੱਲ ਕੀਤੀਆਂ ਕਿ ਉਹਦੇ ਵਿੱਚ ਸੋਸ਼ਲ ਮੀਡੀਆ ਇਸ ਤਰ੍ਹਾਂ ਦਾ ਫੋਰਮ ਹੈ ਜਿੱਥੇ ਸਕੂਲ ਤੋਂ ਬੱਚੇ ਤੇ ਲੈ ਕੇ ਸਾਡੇ ਬਜ਼ੁਰਗਾ ਤੱਕ ਹਰ ਕੋਈ ਅੱਜਕੱਲ ਇਨਵੋਲ ਹੈ ਤੇ ਉਹਨਾਂ ਕੋ ਅਸੀਂ ਹਰ ਆਪਣੇ ਪ੍ਰੋਜੈਕਟ ਦੇ ਬਾਰੇ ਅਪਡੇਟ ਕਰ ਰਹੇ ਹਾਂ ਈਵਨ ਤੁਸੀਂ ਐਲਡੀਏ ਦੀ ਵੈਬਸਾਈਟ ਤੇ ਵੀ ਜਾਓ ਕੋਈ ਵੀ ਬੰਦਾ ਅੱਜ ਕੱਲ ਤੇ ਇੰਟਰਨੈਟ ਦੇ ਦੌਰ ਐਕਸੈਸ ਕਰ ਸਕਦਾ ਹੈ ਤੇ ਹਰ ਪ੍ਰੋਜੈਕਟ ਦੀ ਵੀ ਅਸੀਂ ਡਿਟੇਲ ਉੱਤੇ ਦਿੱਤੀ ਏ ਕਿ ਕਿਹੜਾ ਪ੍ਰੋਜੈਕਟ ਹੋ ਰਿਹਾ ਉਹ ਪਹਿਲੇ ਕਿਵਦ ਕਿਦਾਂ ਸੀ ਤੇ ਹੁਣ ਕਿਹ ਸਟੇਜ ਤੇ ਆ ਗਿਆ ਤੇ ਕੋਸ਼ਿਸ਼ ਇਹ ਹੀ ਕੀਤੀ ਏ ਕਿ ਲੋਕਾਂ ਨੂੰ ਆਗਾਈ ਹੋਵੇ ਐਲਡੀਐ ਦਾ ਚਾਹੁੰਦਾ ਹੈ ਕਿ ਲੋਕਾਂ ਨੂੰ ਆਗਾਈ ਹੋਵੇ ਉਹ ਆਪਣਾ ਜ਼ੇਂਡ ਬਣਾਣ ਕਿ ਹੁਣ ਅਸੀਂ ਨਵੀਂ ਐਕਟੀਵਿਟੀ ਕੀ ਕਰਨੀ ਹੈ ਕਿਉਂਕਿ ਇਹਦੇ ਨਾਲ ਨਾ ਸਿਰਫ ਲੋਕਾਂ ਨੂੰ ਫਾਇਦਾ ਹੁੰਦਾ ਤੇ ਇਨਵੈਸਟਰ ਵੀ ਉਸ ਤੋਂ ਪੈਦਾ ਹੁੰਦੇ ਨੇ ਕਿ ਅੱਛਾ ਯਾਰ ਇਸ ਇਲਾਕੇ 'ਚ ਐ ਕੰਮ ਹੋ ਰਿਹਾ ਤੇ ਇੱਥੇ ਅੱਛਾ ਮੈਂ ਬਿਜ਼ਨਸ ਪੁਆਇੰਟ ਆਫ View ਨਾਲ ਲੈ ਕਰ ਜੇ ਤੁਹਾਨੂੰ এমਪਲॉयमेंट ਵੀ ਮਿਲਦੀ ਹੈ ਸਹੀ ਹੋ ਗਿਆ اچھا ਉਸਮਾਨ ਸਾਹਿਬ ਕਿਸੇ ਇਨਸਾਨ ਨੂੰ ਕਿਸੇ ਆਮ ਮੇਰੇ ਜਿਹੇ ਬੰਦੇ ਨੂੰ ਕੋਈ ਸ਼ਿਕਾਇਤ ਹੋਵੇ ਐਲਡੀਆ ਤੋਂ ਫੋਰ ਇਗਜ਼ਾਮਪਲਸ ਤਾਂ ਉਹਦਾ ਕੀ ਮੈਕੈਨਿਜ਼ਮ ਹੈ ਕੀ ਪ੍ਰੋਸੀਜਰ ਹੈ ਉਹ ਕਿਵੇਂ ਉਹ ਕੋਈ ਸ਼ਿਕਾਇਤ ਰਜਿਸਟਰ ਕਰਾ ਸਕਦਾ ਹੈ ਤੁਹਾਡੀ ਸਾਈਟ ਤੇ ਜਾਏਗਾ ਜਾਂ ਕੋਈ ਲੈਟਰ ਲਿਖੇਗਾ ਉਹਦਾ ਕੀ ਤਰੀਕਾਕਾਰ ਹੋਏਗਾ ਜੀ ਇਹਦੇ ਚ ਦੋ ਤਿੰ ਤਰੀਕੇ ਨੇ ਇੱਕ ਤੋਂ ਸਭ ਤੋਂ ਪਹਿਲੇ ਕਿ ਸਾਡਾ ਇੱਕ ਵਨ ਵਿੰਡੋ ਸੈੱਲ ਡਿਵੈਲਪ ਕੀਤਾ ਹੈ ਅਸੀਂ ਐਲਡੀ ਦੀ ਮੇਨ ਬਿਲਡਿੰਗ ਵਿੱਚ ਵੀ ਤੇ ਐਲਡੀ ਐਵਰੀ ਵਨ এইচ ਵੀ ਦੋਨੋਂ ਜਗ੍ਹਾ ਤੇ ਅਵੇਲੇਬਲ ਹੈ ਉਤੇ ਕੋਈ ਕਿਸੇ ਕਿਸਮ ਦੀ ਤੁਸੀਂ ਸ਼ਿਕਾਇਤ ਹੈ ਉਹ ਤੁਸੀਂ ਜਮਾ ਕਰਾ ਸਕਦੇ ਹੋ ਤੁਹਾਡਾ ਕੋਈ ਕੰਮ ਹੋਣਾ ਹੈ ਲਾਇਕ ਕਰਦਾ ਨਕਸ਼ਾ ਪਾਸ ਕਰਾਣਾ ਹੈ ਜਾਂ ਕੋਈ ਐਨਓਸੀ ਲੈਣਾ ਹੈ ਤਾਂ ਸਾਰਾ ਕੁਝ ਤੁਸੀਂ ਵਨ ਵਿੰਡੋ ਇੱਕ ਜਗ੍ਹਾ ਜਾ ਕੇ ਤੁਸੀਂ ਆਪਣਾ ਕੰਪਿਊਟਰਾਈਜ਼ ਤਰੀਕੇ ਨਾਲ ਆਪਣਾ ਸਬਮਿਟ ਕਰੋਗੇ ਡਾਟਾ ਤੁਹਾਨੂੰ ਫਿਰ ਉਸ ਤੋਂ ਬਾਅਦ ਤੁਹਾਡੇ ਮੈਸੇਜ ਇਵਨ ਆਣਗੇ ਕਿ ਤੁਹਾਡਾ ਕਿਥੇ ਫਾਈਲ ਪਹੁੰਚੀ ਤੁਹਾਡਾ ਕੀ ਹੁਣ ਜਿਹੜਾ ਹੈ ਕਿਥੇ ਜਿਹੜਾ ਹੈ ਤੁਹਾਡਾ ਪ੍ਰੋਸੈਸ ਕਿਥੇ ਪਹੁੰਚਿਆ ਤੇ ਇਹਦੇ ਚ ਹੁਣ ਸਾਡੇ ਜਿਹੜੇ ਡੀ ਸਾਹਿਬ ਨੇ ਉਹਨਾਂ ਨੇ ਇੱਕ ਬਹੁਤ ਅੱਛਾ ਜਿਹੜੀ ਇੱਕ ਸਟੈਪ ਲਿਆ ਉਹਦੇ ਚ ਇੱਕ ਮੋਬਾਈਲ ਐਪ ਇੰਡਿਊਸ ਕਰਾ ਦਿੱਤੀ ਐਲਡੀ ਦੀ ਉਹਦੇ ਚ ਤੁਸੀਂ ਕੋਈ ਸ਼ਿਕਾਇਤ ਕਰਨੀ ਹੋਵੇ ਆਪਣਾ ਕੋਈ ਸਟੇਟਸ ਲੈਣਾ ਹੋਵੇ ਕਿਸੇ ਸੁਸਾਇਟੀ ਦੇ ਬਾਰੇ ਚ ਪਤਾ ਕਰਨਾ ਹੋਵੇ ਉਹ ਔਨ ਦਾ ਹੈਂਡ ਹੈ ਇੱਕ ਕਲਿਕ ਤੇ ਤੁਸੀਂ ਕੋਈ ਚੀਜ਼ ਵੀ ਜਿਹੜੀ ਹੈ ਉਹ ਲੈ ਸਕਦੇ ਹੋ ਅ ਜ਼ਿਸ਼ਾਨ ਸਾਹਿਬ ਬੈਠਕ ਦੇ ਪਲੇਟਫਾਰਮ ਤੋਂ ਐਲਡੀਏ ਦੀ ਤਰਫੋਂ ਵੇਖਣ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਜੀ ਪੈਗਾਮ ਤੇ ਮੇਰਾ ਬੜਾ ਸਿੰਪਲ ਜਿਹਾ ਹੈ ਉਹ ਐਵੇਂ ਕਿ ਸ਼ਹਿਰ ਹਰ ਇੱਕ ਦਾ ਹੈ ਘਰ ਦੀ ਸਫਾਈ ਤੋਂ ਲੈ ਕੇ ਕੂੜਾ ਕਰਕਟ ਨੂੰ ਅੱਗ ਨਾ ਲਾਉਣ ਤੋਂ ਲੈ ਕੇ ਸੀਜ਼ਾਂ ਨੂੰ ਅਸੀਂ ਜਿੱਥੇ ਜਿੱਥੇ ਰੋਕ ਸਕਨੇ ਆ ਹਾਰਟੀਕਲਚਰ ਵਿੱਚ ਅਸੀਂ ਜਿੰਨਾ ਹਰ ਬੰਦਾ ਆਪਣਾ ਕਿਰਦਾਰ ਅਦਾ ਕਰ ਸਕਦਾ ਹੈ ਵੇਖੋ ਸੜਕਾਂ ਤੇ ਪਾਣੀ ਬਾਹਰ ਖਲੋਵੇਗਾ ਨਵੀਂ ਤੇ ਰੋ ਟੁੱਟਣਗੀਆਂ ਵੀ ਨਵੀਂ ਟੁੱਟਣਗੀਆਂ ਨਹੀਂ ਤੇ ਅਸੀਂ ਬਣਾਉਣ ਵੀ ਨਹੀਂ ਆਵਾਂਗੇ ਉਹ ਕਾਸਟ ਸਾਡੀ ਕੱਟੇਗੀ ਠੀਕ ਹੈ ਤੇ ਹਰ ਬੰਦੇ ਨੂੰ ਆਪਣਾ ਰੋਲ ਇਸ ਤਰ੍ਹਾਂ ਦਾ ਕਿ ਯਾਰ ਅਸੀਂ ਸ਼ਹਿਰੀ ਆ ਤੇ ਸਾਨੂੰ ਆਪਣਾ ਰੋਲ ਅਦਾ ਕਰਨਾ ਹੈ ਕੋਈ ਚੀਜ਼ ਗਲਤ ਵੇਖੇ ਜ਼ਰੂਰ ਸਾਨੂੰ ਐਲਡੀਐਨ ਨੂੰ ਅਪਰੋਚ ਕਰੇ ਅ ਉਸਮਾਨ ਸਾਹਿਬ ਤੁਸੀਂ ਬੈਠਕ ਦੇ ਪਲੇਟਫਾਰਮ ਤੋਂ ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਵੀ ਕਹਿਣਾ ਤੇ ਇਹੀ ਚਾਹਨਾ ਹੋ ਸੇਮ ਗੱਲਾਂ ਹੀ ਕਹਿਣਾ ਚਾਹੁੰਦਾ ਸੇਮ ਗੱਲਾਂ ਹੀ ਕਹਿਣਾ ਚਾਹਨਾ ਚਾਹੁੰਦਾ ਕਿ ਅਸਲ ਵਿੱਚ ਸਭ ਤੋਂ ਪਹਿਲੇ ਅਸੀਂ ਆਪਣੇ ਆਪ ਨੂੰ ਠੀਕ ਕਰਨਾ ਤਾਂ ਹੀ ਸਾਰੇ ਚੀਜ਼ਾਂ ਠੀਕ ਹੋਣਗੀਆਂ ਦੇਖੋ ਹਕੂਮਤ ਜਾਂ ਏਡਾਰਾ ਇੱਕ ਹੱਦ ਤੱਕ ਚੀਜ਼ਾਂ ਪ੍ਰੋਵਾਈਡ ਕਰ ਸਕਦਾ ਜਦੋਂ ਤੱਕ ਤੁਸਾਂ ਤੁਹਾਡੀ ਜ਼ਿੰਮੇਵਾਰੀ ਨਹੀਂ ਹੋਏਗੀ ਚੀਜ਼ ਨੂੰ ਪੂਰਾ ਕਰਨ ਦੀ कुछ भी नहीं चले कि सिस्टम है ना जी सिस्टम जो तो ही चलता है कि हर बंदा अपनी अपनी जिम्मेदारी पूरी करे नाजरीन ऐसे नाल इजाजत चाहवांगे आज की किस्त तो अगले हफ्ते मुलाकात करेंगे नवे मौजू नाल ते नवे मेहमानां नाल अल्लाह हाफिज़